ਖੇਤੀ ਬਿੱਲਾਂ ਦੇ ਵਿਰੋਧ ਚ ਕਿਸਾਨ ਦਿੱਲੀ ਰਿਆਂ ਬਰੂਹਾ ਮਾਲਕੇ ਬੈਠੇ ਹੋਏ ਨੇ ਜਿਸ ਦਾ ਸਮਰਥਨ ਉਹਨਾਂ ਨੂੰ ਪੂਰੇ ਦੇਸ਼ ਵਿੱਚੋਂ ਮਿਲ ਰਿਹਾ ਹੈ ਉਥੇ ਬਰਨਾਲਾ ਦੇ ਸਰਬਤ ਦਾ ਭਲਾ ਸੁਸਾਇਟੀ ਅਤੇ ਬਰਨਾਲਾ ਦੇ ਸ਼ਹਿਰ ਵਾਸੀਆਂ ਵੱਲੋਂ ਲੋਹੜੀ ਦੇ ਤਿਉਹਾਰ ਤੇ ਠੰਡ ਦੇ ਮੱਦੇ ਨਜ਼ਰ 5 ਕਿਲੋਗ੍ਰਾਮ ਗੱਚਕ, ਮੂੰਗਫਲੀ, ਰੇਵੜੀਆਂ ਅਤੇ 500 ਦੇ ਕਰੀਬ ਕੰਬਲਾ ਦੇ ਨਾਲ-ਨਾਲ ਹੋਰ ਵੀ ਕਈ ਲੁਰਿੰਦੀਆਂ ਚੀਜ਼ਾਂ ਨੂੰ ਦਿੱਲੀ ਵੱਲ ਰਵਾਨਾ ਕੀਤਾ ਗਿਆ। ਪਿਛਲੇ ਦਿਨ ਹੀ ਮੋਦੀ ਬੋਲੋ ਜਿਹੜੇ ਤੋਂ ਜੋ ਕਾਨੂੰਨ ਲਾਗੂ ਕੀਤੇ ਗਏ ਸੀਗੇ, ਉਹਨਾਂ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ ਸਾਡੇ ਕਿਸਾਨ ਭਰਾ ਜੋ ਦਿੱਲੀ ਦੇ ਵਿੱਚ ਸੰਘਰਸ਼ ਕਰ ਰਹੇ ਹਨ, ਅਸੀਂ ਵੀ ਉਹਨਾਂ ਦੇ ਨਾਲ ਖੜੇ ਹਾਂ। ਇਹ ਸਭ ਕੁਝ ਉਹਨਾਂ ਦੇ ਲਈ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਆਉਣ ਵਾਲੇ ਸਮੇਂ 'ਚ ਨਵਾਂ ਸਾਲ ਵੀ ਆ ਰਿਹਾ ਲੋਹੜ ਜੇ ਕਾਨੂੰਨ ਰੱਦ ਹੋ ਜਾਂਦਾ ਫਿਰ ਤਾਂ ਆਪਣੇ ਘਰੇ ਮਨਾਉਣਗੇ ਪਰ ਸਾਨੂੰ ਨਹੀਂ ਲੱਗਦਾ ਕਿ ਮੋਤੀ ਇੰਨੀ ਮੋਤੀ ਮੰਨਣ ਵਾਲਾ ਇਸ ਕਰਕੇ ਅਸੀਂ ਦਿੱਲੀ ਵਿੱਚ ਦਿੱਲੀ ਕੁਝ ਕਰ ਰਹੇ ਆ ਉੱਥੇ ਅਸੀਂ ਮੁਖਫਲੀ ਗੱਚਕ ਸਬਜ਼ੀਆਂ ਹੋਰ ਆਸਮਾਨ ਲੈ ਕੇ ਜਾ ਰਹੇ ਹਾਂ ਜੋ ਨਵਾਂ ਸਾਲ ਵੀ ਅਸੀਂ ਕਿਸਾਨਾਂ ਦੇ ਨਾਲ ਮਨਾਵਾਂਗੇ ਔਰ ਲੋੜੀ ਵੀ ਉਹਨਾਂ ਨਾਲ ਮਨਾਵਾਂਗੇ ਦੇਖੋ ਜੀ ਗੱਲ ਐ ਜੀ ਕੰਬਲ ਤਾਂ ਠੰਡ ਤਾਂ ਤਾਂ ਹੈਗੀ ਹੈਗੀ ਆ ਆਪਾਂ ਘਰੇ ਬੈਠੇ ਅੰਦਰ ਹੀਟਰ ਲਾਈ ਬੈਠੇ ਆ ਹੋਰ ਲਾਈ ਬੈਠੇ ਆ ਤਾਂ ਵੀ ਠੰਡ ਮਹਿਸੂਸ ਕਰਦੇ ਆ ਪਰ ਮੇਰੇ ਵੀਰ ਕਿਸਾਨ ਭੈਣ ਭਰਾ ਜੋ ਸੜਕਾਂ ਦੇ ਬੈਠੇ ਨੇ ਜੋ ਤੰਬੂ ਲਈ ਬੈਠੇ ਨੇ ਧੁੰਦ ਦੇ ਵਿੱਚ ਦੀ ਠੰਡ ਪੈ ਰਹੀ ਹੈ ਅਸੀਂ ਉਹਨੂੰ ਮੱਜੇ ਦਾ ਨਜ਼ਰ ਰੱਖਦੇ ਪੰਜ 550 ਤੇ ਲਗਭਗ ਅਸੀਂ ਕੰਬਲ ਲੈ ਕੇ ਜਾ ਰਹੇ ਹਾਂ ਜੀ ਅਸੀਂ ਸਾਡੇ ਦੇ ਨਾਲ ਸਾਡਾ ਸਾਡਾ ਜੋਤ ਜਾ ਰਿਹਾ ਜੋ ਸਾਡੀਆਂ ਕੁੜੀਆਂ ਨੇ ਨੌਜਵਾਨ ਜੋ ਕਾਲਜ ਦੀਆਂ ਕੁੜੀਆਂ ਨੇ ਇਹਨਾਂ ਨੇ ਵੀ ਸਾਡ ਕਹਿੰਦੇ ਵੀ ਅਸੀਂ ਵੀ ਜਾਣਾ ਹੈ ਅਸੀਂ ਵੀ ਦੇਖਣਾ ਸਾਡੇ ਕਿਸਾਨ ਭਰਾ ਹੋਰ ਸਾਡੀਆਂ ਮਾਵਾ ਭੈਣਾਂ ਕਿੰਨੇ ਉੱਥੇ ਮੁਸ਼ਕਲ ਦੇ ਵਿੱਚ ਬੈਠੇ ਨੇ ਇਹ ਚੀਜ਼ ਦੇਖਣ ਦੇ ਲਈ ਤੇ ਇਹ ਮਹਿਸੂਸ ਕਰਨ ਦੇ ਲਈ ਸਾਡੀਆਂ ਭੈਣਾਂ ਸਾਡੇ ਨਾਲ ਜਾ ਰਹੀਆਂ ਜੋ ਸਰਵਤ ਦਾ ਭਲਾ ਜੁਐਸਐ ਸੋਸਾਇਟੀ ਦੇ ਨਾਲ ਜੁੜੀ ਹੋਈ ਹੈਨ ਦਿੱਲੀ ਨੂੰ ਜਾਣ ਵਾਲੇ ਕਾਫਲੇਆਂ ਦਾ ਸਿਲਸਿਲਾ ਨਹੀਂ ਘਟ ਰਿਹਾ ਬਲਕਿ ਦਿਨੋ-ਦਿਨ ਵੱਧਦਾ ਹੀ ਜਾ ਰਿਹਾ ਹੈ ਜਿਸ ਦੇ ਚਲਦੇ ਨੂਰਪੁਰ ਬੇਦੀ ਦੇ ਪਿੰਡ ਚਿਹੜ ਮਜ਼ਾਰਾ ਤੋਂ ਟਰੈਕਟਰ ਟਰਾਲੀਆਂ 'ਚ ਨੌਜਵਾਨਾਂ ਦੇ ਜਥੇ ਦਿੱਲੀ ਲਈ ਰਵਾਨਾ ਹੋਏ ਜਿਨ੍ਹਾਂ ਨੂੰ ਪਿੰਡ ਦੇ ਛੋਟੇ-ਛੋਟੇ ਬੱਚਿਆਂ ਅਤੇ ਸਮੁੱਚੇ ਪਿੰਡ ਵਾਸੀਆਂ ਨੇ ਕਿਸਾਨੀ ਝੰਡੇ ਦਿਖਾ ਕੇ ਰਵਾਨਾ ਕੀਤਾ ਅਸੀਂ ਟਿੱਕਰੀ ਬਾਰਡਰ ਤੇ ਜਾ ਰਹੇ ਹਾਂ ਦਿੱਲੀ ਅਸੀਂ ਕਿਸਾਨ ਭਾਈ ਜਿਹੜੇ ਸਾਡੇ ਭਾਈ ਭੈਣ ਸਾਰੇ ਜਾਣੇ ਸਾਡਾ ਸਾਰਾ ਪਰਿਵਾਰ ਉੱਥੇ ਹੀ ਗਿਆ ਹਾਲੇ ਉੱਥੇ ਮੋਦੀ ਨੇ ਜਿਹੜੇ ਨਿਊ ਰੂਲਸ ਗਵਰਨਮੈਂਟ ਨੇ ਕਿਤੇ ਨੇਗੇ ਉਹਦੇ ਕਰਕੇ ਉਹ ਸੰਘਰਸ਼ ਕਰ ਰਹੇ ਨੇ ਲੜ ਰਹੇ ਨੇਗੇ ਤੇ ਇਹ ਜਿਹੜੇ ਤਿਉਹਾਰ ਨੇ ਨਵਾਂ ਸਾਲ ਲੋਹੜੀ ਇਹ ਤਿਉਹਾਰ ਉਹ ਆਪਣੇ ਪਰਿਵਾਰ ਨਾਲ ਨਹੀਂ ਮਨਾ ਸਕਦੇ ਤਾਂ ਕਰਕੇ ਅਸੀਂ ਆਪਣਾ ਸਮਾਨ ਆਪਣਾ ਲੰਗਰ ਪਾਣੀ ਤੇ ਲੋਹੜੀ ਦਾ ਸਮਾਨ ਜਿਵੇਂ ਜਿਹੜਾ ਕਰੇ ਲੋਕ ਆਮ ਖਾਂਦੇ ਨੇਗੇ ਉਸman ਲੈ ਕੇ ਅਸੀਂ ਉਹਨਾਂ ਕੋਲ ਜਾ ਰਹੇ ਹਾਂ ਤਾਂ ਕਿ ਅਸੀਂ ਉਹਨਾਂ ਨਾਲ ਉਹ ਤਿਹਾਰ ਮਨਾ ਸਕੀਏ ਤੇ ਉਹਨਾਂ ਨੂੰ ਸਪੋਰਟ ਕਰ ਸਕੀਏ ਤਾਂ ਕਿ ਉਹ ਅੱਗੇ ਉਹ ਸੰਘਰਸ਼ ਨੂੰ ਜਾਰੀ ਰੱਖ ਸਕਣ ਜਦੋਂ ਤੱਕ ਮੋਦੀ ਸਰਕਾਰ ਆਪਣੇ ਰੂਲਸ ਵਾਪਸ ਨਹੀਂ ਲੈਂਦੀ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਪਹੁੰਚਿਆ ਅੱਜ ਜੋ ਜਥਾ ਅਸੀਂ ਰਵਾਨਾ ਪਿੰਡ ਚੜ੍ਹਮਝਾੜਾ ਤੋਂ ਦਿੱਲੀ ਵਾਸਤੇ ਕੀਤਾ ਹੈ ਜੋ ਸੈਂਟਰ ਸਰਕਾਰ ਨੇ ਕਾਲੇ ਕਾਨੂੰਨ ਲਿਆਂਦੇ ਹਨ ਉਹਨਾਂ ਨੂੰ ਰੱਦ ਕਰਾਉਣ ਦੇ ਲਈ ਅੱਜ ਇਹ ਜਿਹੜਾ ਜਥਾ ਸਾਡਾ ਦਿੱਲੀ ਦੇ ਵਿਖ ਗਿਆ ਹੈ ਜਿਸ ਵੇਲੇ ਤਿੰਨ ਟਰੈਕਟਰ ਟਰਾਲੀਆਂ ਸੰਗ ਦੀਆਂ ਦਿੱਲੀ ਵਾਸਤੇ ਰਵਾਨਾ ਹੋਈਆਂ ਹਨ ਔਰ ਜਦੋਂ ਤੱਕ ਇਹ ਜੋ ਕਾਲੇ ਕਾਨੂੰਨ ਹੈ ਸੈਂਟਰ ਸਰਕਾਰ ਨਾਲ ਮੋਦੀ ਸਰਕਾਰ ਨਾਲ ਕੈਨਸਲ ਨਹੀਂ ਕੀਤੇ ਉਦੋਂ ਤੱਕ ਜਿਹੜਾ ਸਾਡਾ ਇਹ ਧਰਨਾ ਜਾਰੀ ਰਹੂਗਾ ਔਰ ਜਿ세 ਵਾਰੋ ਵਾਰੀ ਇਸੇ ਤਰ੍ਹਾਂ ਹੀ ਦਿੱਲੀ ਨੂੰ ਰਵਾਨਾ ਹੁੰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਨਾਲਾ ਤੋਂ ਹਿਮਾਂਸ਼ੂ ਦੂਆ ਨੂਰਪੁਰ ਬੇਦੀ ਤੋਂ ਬਿਮਲ ਸਿੰਘ ਦੀ ਰਿਪੋਰਟ ऑल वर्ल्ड ओपन चैलेंज 17 टाइम गोल्ड मेडलिस्ट मिया रफीक मोहम्मद पंडित मौलवी बेगम तांत्रिक इन चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार का ना चलना सिर्फ इकती घंटिया समाधान फ्री फ्री फ्री, फ्री मिया रफीक मोहम्मद मोबाइल चौरासी तीन सौ ਇਸ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੇਨਿਕ ਸੂਰਾ ਟਾਈਮਸ